ਸਾਡੀ ਪੋਸਟਿੰਗ ਸਟੇਸ਼ਨ ਲੁਧਿਆਣਾ, ਮਤਲਬ ਅਸੀਂ ਲੁਧਿਆਣੇ ਦੇ ਹੀ ਲੋਕਲ ਹੈਗੇ ਹਾਂ। ਤਾਂ ਇਹ ਮੇਰੇ ਤੋਂ ਮੇਰਾ ਬ੍ਰਦਰ 2 ਸਾਲ ਛੋਟੇ ਨੇ। ਅਸੀਂ ਇੱਕੋ ਹੀ ਦਿਨ ਐਗਜ਼ਾਮ ਦਿੱਤਾ, ਐਗਜ਼ਾਮ ਕਲੀਅਰ ਕਰਕੇ ਅੱਜ ਪਰਮਾਤਮਾ ਔਰ ਸਾਡੇ ਮਾਂ ਬਾਪ ਦੀ ਮਿਹਨਤ ਸਦਕਾ, ਉਹਨਾਂ ਦੀ ਬਲੈਸਿੰਗ ਸਦਕਾ ਅਸੀਂ ਆਪਣੇ ਐਗਜ਼ਾਮ ਕਲੀਅਰ ਕਰਕੇ ਅੱਜ ਅਸੀਂ ਸਰਕਾਰੀ ਨੌਕਰੀ ਪ੍ਰਾਪਤ ਕਰਕੇ ਚੱਲੇ ਹਾਂ। ਦੀਦੀ ਦਾ ਵੀ ਹੋ ਗਿਆ, ਮੇਰਾ ਵੀ ਕਲੀਅਰ ਹੋ ਗਿਆ, ਤਾਂ ਮੰਮੀ ਪਾਪਾ ਹੱਦ ਤੋਂ ਜ਼ਿਆਦਾ ਜਿਹੜੀ ਖੁਸ਼ੀ ਹੁੰਦੀ ਆ ਉਹ ਮੇਰੇ ਮੋਮ ਡੈਡ ਨੂੰ ਹੋਈ। ਪੰਜਾਬ ਸਰਕਾਰ ਦੇ ਵੱਲੋਂ ਅੱਜ ਵੱਖ ਵੱਖ ਵਿਭਾਗਾਂ ਦੇ ਵਿੱਚ ਨਵੀਆਂ ਨਿਯੁਕਤੀਆਂ ਲੈਣ ਵਾਲਿਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ, ਪਰ ਇਹਨਾਂ ਦੇ ਵਿੱਚ ਦੋ ਉਮੀਦਵਾਰ ਕੁਝ ਖਾਸ ਨੇ, ਕਿਉਂਕਿ ਇਹ ਦੋਨੇ ਉਮੀਦਵਾਰ ਇੱਕੋ ਘਰ ਦੇ ਨੇ, ਇੱਕ ਘਰ ਦੇ ਵਿੱਚ ਦੋ ਨੌਕਰੀਆਂ ਮਿਲੀਆਂ ਨੇ ਅਤੇ ਮਿਲੀਆਂ ਵੀ ਭੈਣ ਭਰਾ ਨੂੰ ਹੈ, ਤਾਂ ਇੱਕ ਪਰਿਵਾਰ ਦੇ ਵਿੱਚ ਇਕੱਠੀ ਦੂਰੀ ਖੁਸ਼ੀ ਆ ਗਈ ਆ। ਕਦੇ ਸੋਚਿਆ ਸੀ ਵੈਸੇ ਕਿ ਭੈਣ ਭਰਾ ਨੂੰ ਇਕੱਠਿਆਂ ਇੱਕੇ ਦਿਨ ਨੌਕਰੀ ਮਿਲਣੀ ਹੈ ਔਰ ਮਿਲਣੀ ਵੀ ਇੱਕੋ ਮਹਿਕਮੇ 'ਚ, ਪੋਸਟ ਵੀ ਇੱਕੋ? ਨਹੀਂ ਨਹੀਂ, ਇੱਦਾਂ ਦਾ ਕਦੇ ਸੋਚਿਆ ਨਹੀਂ ਸੀਗਾ ਵੀ ਸੇਮ ਡੇ ਹੀ ਸਾਨੂੰ ਮਿਲੂਗਾ, ਅਤੇ ਇਹ ਤਾਂ ਹੁਣ ਪਰਮਾਤਮਾ ਦੀ ਕਿਰਪਾ ਹੈ ਵੀ ਪੋਸਟਿੰਗ ਨਿਕਲੀ, ਇਕੱਠੇ ਹੀ ਹੋਈ ਅਤੇ ਇਕੱਠਿਆਂ ਦਾ ਹੀ ਇੱਕ ਵਾਰ 'ਚ ਹੀ ਕਲੀਅਰ ਹੋ ਗਿਆ ਸਾਡਾ, ਅਤੇ ਸਾਨੂੰ ਸੇਮ ਡੇ ਹੀ ਸੇਮ ਜਗ੍ਹਾ 'ਤੇ ਸਾਨੂੰ ਪੋਸਟਿੰਗ ਮਿਲ ਗਈ ਆ। ਰੋਹਿਤ ਔਰ ਸ਼ਿਵਾਨੀ, ਰੋਹਿਤ ਸ਼ਰਮਾ ਅਤੇ ਸ਼ਿਵਾਨੀ ਸ਼ਰਮਾ। ਅੱਛਾ ਸ਼ਿਵਾਨੀ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਅਸੀਂ ਸੋਚਿਆ ਵੀ ਨਹੀਂ ਸੀ ਕਿ ਦੋਨਾਂ ਨੂੰ, ਅੱਛਾ ਪੋਸਟਿੰਗ ਵੀ ਤੁਹਾਡੀ ਇੱਕੋ ਜਗ੍ਹਾ ਹੋਈ ਹੈ? ਹਾਂਜੀ, ਸਾਡਾ ਡੈਜ਼ਿਗਨੇਸ਼ਨ ਸੇਮ ਹੈ, ਆਫਥੈਲਮਿਕ ਆਫਿਸਰ ਸਾਡੀ ਪੋਸਟ ਦਾ ਨਾਮ ਹੈ। ਸਾਡੀ ਪੋਸਟਿੰਗ ਸਟੇਸ਼ਨ ਲੁਧਿਆਣਾ, ਮਤਲਬ ਅਸੀਂ ਲੁਧਿਆਣੇ ਦੇ ਹੀ ਲੋਕਲ ਹੈਗੇ ਹਾਂ। ਤਾਂ ਇਹ ਮੇਰੇ ਤੋਂ ਮੇਰਾ ਬ੍ਰਦਰ 2 ਸਾਲ ਛੋਟੇ ਨੇ, ਤਾਂ ਮੈਨੂੰ ਨੌਕਰੀ 'ਚ ਬਾਜੀ ਬਰਾਬਰੀ ਮਾਰ ਗਿਆ। 2 ਸਾਲ ਛੋਟੇ ਹੋਣ ਦੇ ਬਾਵਜੂਦ ਅਸੀਂ ਇੱਕੋ ਹੀ ਦਿਨ ਐਗਜ਼ਾਮ ਦਿੱਤਾ, ਐਗਜ਼ਾਮ ਕਲੀਅਰ ਕਰਕੇ ਅੱਜ ਪਰਮਾਤਮਾ ਔਰ ਸਾਡੇ ਮਾਂ ਬਾਪ ਦੀ ਮਿਹਨਤ ਸਦਕਾ, ਉਹਨਾਂ ਦੀ ਬਲੈਸਿੰਗ ਸਦਕਾ ਅਸੀਂ ਆਪਣੇ ਐਗਜ਼ਾਮ ਕਲੀਅਰ ਕਰਕੇ ਅੱਜ ਅਸੀਂ ਸਰਕਾਰੀ ਨੌਕਰੀ ਪ੍ਰਾਪਤ ਕਰਕੇ ਚੱਲੇ ਹਾਂ ਇੱਥੋਂ। ਅੱਛਾ, ਜਿਵੇਂ ਇਹਨਾਂ ਦਾ ਕਹਿਣਾ ਕਿ ਮੈਂ ਅਸੀਂ ਕਦੇ ਕੋਈ ਵੀ ਨਹੀਂ ਸੋਚਦਾ ਕਿ ਇਕੱਠਿਆਂ ਪਰਿਵਾਰ 'ਚ ਦੋ ਨੌਕਰੀਆਂ ਭੈਣ ਭਰਾ ਨੂੰ ਇਕੱਠੇ ਹੋ ਵੀ। ਅੱਛਾ, ਮਾਂ ਪਿਓ ਨੂੰ ਕਿਸ ਤਰ੍ਹਾਂ ਉਹ ਫੀਲਿੰਗ ਕਿਸ ਤਰ੍ਹਾਂ ਸੀ ਜਦੋਂ ਪਹਿਲਾਂ ਟੈਸਟ ਦੇਣ ਗਏ ਸੀ, ਉਦੋਂ ਕਦੇ ਲੱਗ ਰਿਹਾ ਸੀ ਜਾਂ ਫਿਰ ਜਦੋਂ ਇਹ ਫੋਨ ਆ ਗਿਆ, ਫਿਰ ਮਾਂ ਪਿਓ ਦਾ ਰਿਐਕਸ਼ਨ ਕਿੱਦਾਂ ਦਾ ਸੀ? ਮੋਮ ਡੈਡ ਕੁਡਨਟ ਬਿਲੀਵ ਕਿ ਸਾਨੂੰ ਦੋਨਾਂ ਨੂੰ ਵੀ ਨੌਕਰੀ ਇੱਕੋ ਟਾਈਮ ਤੇ ਮਿਲ ਸਕਦੀ ਹੈ। ਬ੍ਰਦਰ ਨੇ ਫੋਨ ਕਰਕੇ ਮੰਮੀ ਪਾਪਾ ਨੂੰ ਦੱਸਿਆ ਸੀਗਾ, ਮੰਮੀ ਪਾਪਾ ਨੇ ਪਹਿਲਾਂ ਪੁੱਛਿਆ ਕਿ ਦੀਦੀ ਦਾ ਹੋ ਗਿਆ, ਦੀਦੀ ਦਾ ਕਲੀਅਰ ਹੋ ਗਿਆ? ਤਾਂ ਉਹਨਾਂ ਨੇ ਕਿਹਾ ਕਿ ਦੀਦੀ ਦਾ ਵੀ ਹੋ ਗਿਆ, ਮੇਰਾ ਵੀ ਕਲੀਅਰ ਹੋ ਗਿਆ। ਤਾਂ ਮੰਮੀ ਪਾਪਾ ਹੱਦ ਤੋਂ ਜ਼ਿਆਦਾ ਜਿਹੜੀ ਖੁਸ਼ੀ ਹੁੰਦੀ ਆ ਉਹ ਮੇਰੇ ਮੋਮ ਡੈਡ ਨੂੰ ਹੋਈ, ਔਰ ਅਸੀਂ ਵੀ ਭੈਣ ਭਰਾ ਦੋਨੇ ਬਹੁਤ ਜ਼ਿਆਦਾ ਖੁਸ਼ ਹਾਂ। ਪੜ੍ਹਨ 'ਚ ਇਹ ਹੁਸ਼ਿਆਰ ਸੀ ਕਿ ਤੁਸੀਂ ਜ਼ਿਆਦਾ? ਇਹ ਤਾਂ ਪਤਾ ਹੀ ਹੈ ਵੀ ਲੜਕੀ ਓਬਵੀਅਸਲੀ ਹੁਸ਼ਿਆਰ ਹੁੰਦੀ ਹੈ, ਫਿਰ ਘਰਦੇ ਕਹਿੰਦੇ ਹੋਣੇ ਨਾ ਵੇਖ ਲਓ ਬਰਾਬਰੀ ਬਾਜੀ ਮਾਰ ਗਿਆ, ਇੰਨਾ ਪੜ੍ਹ ਘੱਟ ਪੜ੍ਹ ਕੇ ਵੀ ਬਰਾਬਰੀ ਸੀਟ ਤੇ ਬਰਾਬਰੀ ਕੁਰਸੀ ਤੇ ਆ ਗਿਆ। ਬਟ ਮੈਨੂੰ ਬਹੁਤ ਮਾਣ ਹੈ ਮੇਰੇ ਬ੍ਰਦਰ ਤੇ, ਅਗਰ 2-4 ਨੰਬਰ ਘੱਟ ਵੀ ਆਇਆ ਤਾਂ ਡਜ਼ਨਟ ਮੈਟਰ, ਜੇ ਤੁਸੀਂ ਪੇਪਰ ਕਲੀਅਰ ਕਰਕੇ ਮੇਰੇ ਨਾਲ ਦੀ ਪੋਸਟ ਤੇ ਮੇਰੇ ਨਾਲ ਖੜਾ ਆ, ਤਾਂ ਇਹ ਇਸ ਤੋਂ ਪ੍ਰਾਊਡ ਵਾਲੀ ਗੱਲ ਇੱਕ ਸਿਸਟਰ ਲਈ ਕੋਈ ਨਹੀਂ ਹੋ ਸਕਦੀ। ਅੱਛਾ, ਵੈਸੇ ਇੱਕ ਚੀਜ਼ ਘਰ ਦੇਣੇ ਕਿਤੇ ਹੋਵੇ, ਆਉਣ ਵਾਲੇ ਟਾਈਮ 'ਚ ਇੱਕ ਚੀਜ਼ ਤੋਂ ਘਰ ਦੇ ਥੋੜ੍ਹਾ ਰੌਲਾ ਪਾਉਣ ਲੱਗ ਜਾਣ, ਹੁਣ ਕਿਉਂਕਿ ਡਿਪਾਰਟਮੈਂਟ ਇੱਕ ਹੈ ਤੇ ਘਰੇ ਕਿਤੇ ਗੱਲਾਂ ਵੀ ਉਹ ਡਿਪਾਰਟਮੈਂਟ ਦੀਆਂ ਸ਼ੁਰੂ ਹੋ ਜਾਏ ਕਰਨ ਇੱਕੋ ਜਿਹੀਆਂ, ਹੈ ਨਾ? ਮੈਨੂੰ ਲੱਗਦਾ ਉਹ ਸ਼ੁਰੂ ਹੋਣਗੀਆਂ, ਕੋਮਨ ਤਾਂ ਹੋਊਗਾ ਜੀ, ਇਹ ਤਾਂ ਸਟਾਰਟ ਹੋਊਗਾ ਜੀ, ਇਹ ਤਾਂ ਹੋਣਾ ਹੀ ਹੈ, ਕੋਮਨ ਹੀ ਹੈ ਚੀਜ਼ ਤਾਂ। ਡਿਨਰ ਟੇਬਲ ਤੇ ਸਿਰਫ ਇਹੀ ਗੱਲ ਹੋਇਆ ਕਰੇਗੀ ਕਿ ਤੁਮਨੇ ਮਤਲਬ ਆ ਪੇਸ਼ੈਂਟ ਦੇ ਵਿੱਚ ਕੀ ਕੀਤਾ, ਜਾਂ ਤੇਰੇ ਕੋਲ ਆ ਪੇਸ਼ੈਂਟ ਆਇਆ ਸੀਗਾ ਕਿ ਇਹਦਾ ਕੀ ਹੋਇਆ, ਮੈਨੂੰ ਲੱਗਦਾ ਉਹੀ ਡਿਸਕਸ਼ਨ ਸ਼ੁਰੂ ਹੋਣ ਵਾਲੀ ਆ। ਪਹਿਲਾਂ ਤੁਹਾਡੇ ਮੰਮੀ ਡੈਡੀ ਉਹ ਕੀ ਕਰਦੇ ਨੇ, ਜੌਬ ਕਰਦੇ ਨੇ? ਨਹੀਂ, ਬਿਜ਼ਨਸ ਹੈ ਆਪਣਾ। ਹਾਂਜੀ ਹਾਂਜੀ। ਅੱਛਾ, ਜਿੱਦਾਂ ਮੈਂ ਸੁਣਿਆ ਸੀ ਕਿ ਬੋਲ ਵੀ ਰਹੇ ਸੀ ਤੁਸੀਂ ਸ਼ਾਇਦ ਨਿਯੁਕਤੀ ਪੱਤਰ ਮਿਲਣ ਤੋਂ ਪਹਿਲਾਂ, ਤੁਸੀਂ ਬੋਲਿਆ ਵੀ ਸੀ ਪਹਿਲਾਂ ਕਈ ਤਰ੍ਹਾਂ ਦੇ ਸ਼ੰਕੇ ਖੜੇ ਹੋ ਜਾਂਦੇ ਸੀ ਜੌਬ ਨੂੰ ਲੈ ਕੇ, ਸਪਸ਼ਟ ਜਾਂ ਸਮਝਣਾ ਚਾਹਾਂਗੇ ਇਹ ਨੌਕਰੀ ਮਿਲੀ ਕਿੱਦਾਂ, ਕਿਉਂਕਿ ਕਈ ਵਾਰੀ ਟੇਬਲ ਦੇ ਹੇਠਾਂ 'ਤੇ ਵੀ ਕੋਈ ਗੱਲਬਾਤ ਹੋ ਜਾਂਦੀ ਹੈ, ਗੜਬੜ ਘਟਾਲੇ ਰੌਲਾ ਬੜਾ ਪੈਂਦਾ, ਕੋਈ ਸੱਚਾਈ ਕੀ ਹੈ, ਨੌਕਰੀ ਮਿਲੀ ਕਿੱਦਾਂ? ਸਰ ਇਹ ਇੱਦਾਂ ਹੈਗਾ ਕਿ ਸਾਨੂੰ 5 ਸਾਲ ਹੋ ਗਏ ਆਪਣੀਆਂ ਡਿਗਰੀਆਂ ਖਤਮ ਕੀਤੀਆਂ ਨੂੰ, ਅਤੇ 5 ਸਾਲਾਂ ਦੇ ਵਿੱਚ ਜਿਹੜੀ ਮਾਨ ਸਰਕਾਰ ਤੋਂ ਪਹਿਲਾਂ ਵੀ ਸਰਕਾਰ ਸੀਗੀ, ਅਤੇ ਉਹਦੇ ਵਿੱਚ ਅਸੀਂ ਹਰ ਵਾਰੀ ਸੁਣਦੇ ਹੁੰਦੇ ਸੀ ਕਿ 1 ਮਹੀਨੇ ਬਾਅਦ ਨੌਕਰੀ ਆ ਜਾਣਗੀਆਂ, ਜਾਂ ਅਗਲੇ 6 ਮਹੀਨੇ ਦੇ ਅੰਦਰ ਰੈਗੂਲਰ ਨੌਕਰੀ ਆ ਜਾਣਗੀਆਂ, ਤੁਸੀਂ ਪੇਪਰ 2 ਕਲੀਅਰ ਕਰੋ, ਹੋ ਸਕਦੀ ਆ। ਪਰ ਉਹ ਨਾ ਸਬਕੌਂਸ਼ੀਅਸ ਮਾਇੰਡ 'ਚ ਹੀ ਰਹਿ ਗਿਆ, ਕਦੇ ਵੀ ਅਸੀਂ ਉਸ ਹੋਪ ਨੂੰ ਪੂਰਾ ਨਹੀਂ ਕਰ ਪਾਏ। ਪਰ ਮਾਨ ਸਰਕਾਰ ਦੇ ਅੰਦਰ ਇਹ ਸੁਪਨਾ ਜਿਹੜਾ ਸਾਡਾ ਸੱਚ ਹੋਇਆ,
ਪਿਛਲੇ ਸਾਲ ਅਕਤੂਬਰ ਦੇ ਵਿੱਚ ਮਾਨ ਸਰਕਾਰ ਨੇ ਪੋਸਟਾਂ ਕੱਢੀਆਂ ਤੇ ਸਾਡਾ 1 ਮਹੀਨੇ 2 ਮਹੀਨੇ ਬਾਅਦ ਐਗਜ਼ਾਮ ਹੋ ਗਿਆ ਤੇ ਬਿਲਕੁਲ ਐਗਜ਼ੈਕਟ ਮੰਥ ਬਾਅਦ ਸਾਡੀ ਕਾਉਂਸਲਿੰਗ ਹੋ ਗਈ ਤੇ ਇਹਦੇ ਵਿੱਚ ਕੋਈ ਜਿਸ ਤਰ੍ਹਾਂ ਮੈਂ ਤੁਹਾਨੂੰ ਐਕਸਪਲੇਨ ਕੀਤਾ ਸੀ ਸੀਐਮ ਸਰ ਦੇ ਸਾਹਮਣੇ ਵੀ ਕਿਹਾ ਸੀਗਾ ਕਿ ਕੋਈ ਵੀ ਇਹਨਾਂ ਨੇ ਸਿਫਾਰਿਸ਼ ਨਹੀਂ ਲਈ ਕੋਈ ਪੈਸੇ ਦੇ ਨਾਲ ਕੰਮ ਨਹੀਂ ਹੋਇਆ ਹੈਗਾ ਬਿਲਕੁਲ ਟ੍ਰਾਂਸਪੇਰੈਂਸੀ ਦੇ ਨਾਲ ਕੰਮ ਹੋਇਆ ਜਿਹੜਾ ਕਿ ਮੇਰੇ ਖਿਆਲ 'ਚ ਹਰ ਇੱਕ ਗਵਰਨਮੈਂਟ ਨੂੰ ਕਰਨਾ ਚਾਹੀਦਾ। ਅੱਛਾ, ਜਿਵੇਂ ਹੁਣ ਆਪ ਹੀ ਤੁਸੀਂ ਦਾਅਵਾ ਕਰ ਰਹੇ ਹੋ ਕਿ ਤੁਹਾਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਮਿਲ ਗਈ, 5 ਲੱਗੀ ਨਹੀਂ, ਹਾਂ ਸਭ ਤੋਂ ਕੀਮਤੀ ਆ ਤੁਹਾਡੀ ਪੜ੍ਹਾਈ, ਮਿਹਨਤ, ਉਹਦੇ 'ਤੇ ਨੌਕਰੀ ਮਿਲਣੀ ਚਾਹੀਦੀ। ਚਲੋ ਉਹ 'ਤੇ ਤੁਹਾਨੂੰ ਨੌਕਰੀ ਮਿਲ ਗਈ, ਪਰ ਜਦੋਂ ਇੱਦਾਂ ਆਪਦੀ ਮੈਰਿਟ 'ਤੇ ਨੌਕਰੀ ਮਿਲੀ ਹੋਵੇ, ਕੋਈ ਜੇਬ 'ਚੋਂ ਵੱਖਰਾ ਟੇਬਲ ਦੇ ਹੇਠ ਉਹ ਨਾ ਲੱਗਿਆ ਹੋਵੇ, ਫਿਰ ਲੋਕਾਂ ਦੀਆਂ ਉਮੀਦਾਂ ਵੀ ਬੜੀਆਂ ਵੱਧ ਜਾਂਦੀਆਂ, ਕਿਉਂਕਿ ਲੋਕ ਵੀ ਥੋੜ੍ਹਾ ਜਿਹਾ ਸਾਡੀ ਸਾਈਕੀ ਚੇਂਜ ਹੋ ਜਾਂਦੀ ਜਦੋਂ ਆਪਾਂ ਸਰਕਾਰੀ ਸੀਟ 'ਤੇ ਬੈਠ ਜਾਂਦੇ ਹਾਂ। ਕਈ ਵਾਰੀ ਅਸੀਂ ਸਾਹਮਣੇ ਆਉਣ ਨੂੰ ਫਿਰ ਨਾ ਅਜੀਬ ਨਜ਼ਰਾਨਾ ਦੇਖਣ ਲੱਗ ਜਾਂਦੇ ਹਾਂ, ਤਾਂ ਉਹ ਲੋਕ ਕੀ ਉਮੀਦ ਰੱਖਣ ਤੁਹਾਡੇ ਤੋਂ, ਹੁਣ ਉਹਨਾਂ ਪ੍ਰਤੀ ਤੁਹਾਡੀਆਂ ਨਜ਼ਰਾਂ ਕਿੱਦਾਂ ਦੀਆਂ ਰਹਿਣਗੀਆਂ? ਉਹ ਜਿਹੜੀ ਤੁਸੀਂ ਗੱਲ ਕਰਦੇ ਜਿਵੇਂ ਅੰਡਰ ਦੀ ਟੇਬਲ ਹੋ ਗਈ, ਹੁਣ ਮੰਨ ਲਓ ਜਿਵੇਂ ਜੋਬ ਲੈਣੀ ਹੋਵੇ, ਜਿਵੇਂ ਮੈਰਿਟ ਲਿਸਟ ਲਿੱਤੀ ਅਸੀਂ, ਸਾਡਾ ਕੋਈ ਪੈਸਾ ਨਹੀਂ ਲੱਗਿਆ ਹੈਗਾ, ਹੁਣ ਜੇ ਮੈਂ ਉਹੀ 1 ਜਾਂ 2 ਲੱਖ ਰੁਪਏ ਮੈਂ ਲਾਇਆ ਹੋਵੇ, ਤਾਂ ਫਿਰ ਜਿਵੇਂ ਹੁਣ ਮੈਂ ਜੇ ਜੋਬ ਲਊਂਗਾ ਤਾਂ ਮੈਂ ਪਹਿਲਾਂ ਇਹੀ ਚਾਹੂੰਗਾ ਨਾ ਵੀ ਜਿਹੜੇ ਮੇਰੇ ਪਹਿਲਾਂ ਮੈਂ ਪੈਸੇ ਲਗਾਏ ਮੈਂ ਉਹ ਪੂਰੇ ਕਰਾਂ, ਉਹ ਪੂਰੇ ਕਰਨ ਦੇ ਚੱਕਰ 'ਚ ਮੇਰਾ ਲਾਲਚ ਹੋਰ ਵਧਣ ਆਇਆ, ਅਤੇ ਉਸ ਚੱਕਰ 'ਚ ਸਾਰਾ ਕੰਮ ਖਰਾਬ ਹੁੰਦਾ ਆ। ਹੁਣ ਸਾਡਾ ਕੋਈ ਪੈਸਾ ਨਹੀਂ ਲੱਗਿਆ, ਮੈਰਿਟ ਦੇ ਆਧਾਰ 'ਤੇ ਸਾਨੂੰ ਪੋਸਟ ਮਿਲੀ ਆ, ਕੋਈ 1 ਰੁਪਿਆ ਨਹੀਂ ਖਰਚ ਹੋਇਆ ਸਾਡਾ। ਅਸ਼ਵਨੀ, ਤੁਸੀਂ ਦੋਨੇ ਕਹਿ ਰਹੇ ਹੋ ਕਿ ਲੱਗਿਆ ਕੁਛ ਨਹੀਂ, ਹੁਣ ਜਿਹੜੇ ਸੁਣੀ ਜਾਂਦੇ ਆ ਨਾ, ਤੇ ਇਹ ਲਾਂਭਾ ਕਦੇ ਆਉਣਾ ਨਹੀਂ ਚਾਹੀਦਾ, ਕਿਉਂਕਿ ਉਹ ਫਿਰ ਉਹ ਸਾਡੇ ਕੋਲ ਉਹਨਾਂ ਨੇ ਵੀ ਪਹੁੰਚ ਜਾਣਾ, ਕਿਉਂਕਿ ਸਾਨੂੰ ਪਤਾ ਕਿ ਅਸੀਂ ਸੱਚ ਬੋਲ ਰਹੇ ਹਾਂ, ਜੋ ਸੱਚ ਹੈਗਾ ਉਹ ਕਦੇ ਵੀ ਚੇਂਜ ਨਹੀਂ ਕੀਤਾ ਜਾ ਸਕਦਾ। ਇਹ ਮੈਂ ਬਾਕੀ ਪੰਜਾਬ ਦੇ ਯੂਥ ਨੂੰ ਵੀ ਕਹਿਣਾ ਚਾਹੁੰਦੀ ਹਾਂ ਕਿ ਅਗਰ ਤੁਸੀਂ ਪੂਰੀ ਇਮਾਨਦਾਰੀ ਦੇ ਨਾਲ ਐਗਜ਼ਾਮ ਦਿਓਗੇ, ਐਗਜ਼ਾਮ ਕਲੀਅਰ ਕਰੋਗੇ, ਤੇ ਇਹ ਗੱਲ ਸੱਚ ਹੈ ਕਿ ਪੰਜਾਬ ਸਰਕਾਰ ਤੁਹਾਡੇ ਤੋਂ ਬਿਨਾਂ ਕਿਸੇ 1-5 ਰੁਪਏ ਲੈ ਕੇ ਵੀ ਤੁਹਾਨੂੰ ਸਰਕਾਰੀ ਨੌਕਰੀ ਦੇਗੀ। ਤੁਸੀਂ ਇਮਾਨਦਾਰੀ ਨਾਲ ਕੰਮ ਕਰੋਗੇ, ਪਰ ਇਮਾਨਦਾਰੀ ਦੇ ਨਾਲ ਕੰਮ ਹੀ ਕਰੋਗੇ ਤਾਂ ਹੀ ਜਾ ਕੇ ਵਿਕਾਸ ਹੋਏਗਾ ਪੰਜਾਬ ਦਾ, ਤਾਂ ਹੀ ਤਰੱਕੀ ਹੋਏਗੀ। ਤਾਂ ਇਹੀ ਆਸ ਉਮੀਦ ਕਿ ਜੇ ਤੁਹਾਨੂੰ ਮੈਰਿਟ 'ਤੇ ਬਿਨਾਂ ਕਿਸੇ ਅੰਡਰ ਟੇਬਲ ਕੋਈ ਸੈਟਿੰਗ ਕੀਤੀ ਨੌਕਰੀ ਮਿਲੀ ਹੈ, ਤਾਂ ਲੋਕਾਂ ਨੂੰ ਇਹੀ ਉਮੀਦਾਂ ਹੁੰਦੀਆਂ ਨੇ ਕਿ ਸਾਡੇ ਲਈ ਵੀ ਸਰਕਾਰੀ ਮੁਲਾਜ਼ਮ ਇਮਾਨਦਾਰੀ ਨਾਲ ਕੰਮ ਕਰਨ। ਜਦੋਂ ਸੀਟ ਬਦਲਦੀ ਆ ਤਾਂ ਉਦੋਂ ਨਜ਼ਰੀਆ ਨਾ ਬਦਲੇ। ਕੈਮਰਾਮੈਨ ਸੁਖਿੰਦਰ ਧਾਲੀਵਾਲ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।